ਸੁਰਿੰਦਰ ਸਿੰਘ, ਨੰਬਰਦਾਰ ਐਕਸ ਸੁਰਿੰਦਰ ਸਿੰਘ, ਪਿੰਡ ਹਰਸ਼ਾ ਛੀਨਾ ਵਿਜੇ ਲਗਲਾ ਤੋਂ। ਅਸੀਂ ਹਰ ਸਾਲ, ਇਸ ਵਾਰ ਸਾਨੂੰ 7ਵਾਂ ਸਾਲ ਹੋ ਗਿਆ ਵਾ, ਅਸੀਂ ਲੋਹੜੀ ਤੋਂ ਤਕਰੀਬ 5 ਦਿਨ ਪਹਿਲਾਂ ਸ਼ੁਰੂ ਕਰਦੇ, 9 ਤਰੀਕ ਨੂੰ ਲੱਗ ਕੇ 13 ਤਰੀਕ ਤੱਕ ਸ਼ਾਮ ਤੱਕ ਇਹ ਚੱਲੇਗਾ। ਹੋ ਸਕਦਾ ਅਸੀਂ 14 ਤਰੀਕ ਸਵੇਰੇ ਸ਼ਾਮ ਸਵੇਰੇ ਸਮਾਪਤੀ ਕਰੀਏ। ਰੋਹ ਦਾ ਉਪਰਾਲਾ ਜਿਹੜਾ ਤੁਸੀਂ ਦੇਖ ਰਹੇ ਹੋ, ਇਹ ਸਭ ਤੋਂ ਪਹਿਲਾਂ ਸਾਡੀ ਪ੍ਰਾਪਰਟੀ ਹੁੰਦੀ ਹੈ ਕਿ ਗੁਰੂ ਰਾਮਦਾਸ ਦੇ ਲੰਗਰ ਵਾਸਤੇ ਖੀਰ ਅਸੀਂ 2 ਟਾਈਮ ਦੇ ਉਹ ਬਣਾਉਂਦੇ ਆ, 2 ਟਾਈਮ ਦੇ ਉਹਨਾਂ ਨੂੰ ਤਕਰੀਬ ਅਸੀਂ ਲਗਭਗ 28 ਤੋਂ 30 ਕੁਇੰਟਲ ਜਿਹੜੀ ਰੋਹ ਉਹਨਾਂ ਦੇਈਦੀ ਆ। ਇਸ ਤੋਂ ਇਲਾਵਾ ਬਾਬੇ ਸ਼ਹੀਦੀ ਬਾਬਾ ਨਵ ਸਿੰਘ ਦੇ ਟਾਲਾ ਸਾਹਿਬ, ਉਹਨਾਂ ਨੂੰ ਵੀ ਅਸੀਂ ਆਵਾਜ਼ ਮਾਰਦੇ ਹਾਂ ਜਦੋਂ ਉਹਨਾਂ ਦਿਲ ਕਰਦਾ ਆਣ ਕੇ ਰੋਹ ਲੈ ਜਾਂਦੇ ਆ। ਇਸ ਤੋਂ ਇਲਾਵਾ ਭਗਤ ਪੂਰਨ ਸਿੰਘ ਪਿੰਗਲਵਾੜਾ ਆਸ਼ਰਮ, ਉਹਨਾਂ ਨੂੰ ਰੋਹ ਦੇਈਦੀ ਆ, ਕਿਉਂਕਿ ਉੱਥੇ ਵੀ 600-700 ਬੱਚਾ, ਉਹਨਾਂ ਨੂੰ ਚੌਲ ਵੀ ਦੇਈਦੇ, ਰੋਹ ਵੀ ਦੇਈਦੀ ਆ। ਇਸ ਤੋਂ ਇਲਾਵਾ ਪੁਤਲੀ ਘਰ, ਯਤੀਮ ਖਾਨਾ, ਉਹਨਾਂ ਨੂੰ ਵੀ ਅਸੀਂ ਤਾਂ ਰੋਹ ਔਰ ਉਹਨਾਂ ਨੂੰ ਚੌਲ ਦੇ ਦੇਈਦੇ ਆ ਅਤੇ ਉਹ ਖੀਰ ਬਣਾ ਕੇ ਖਵਾਉਂਦੇ ਆ। ਇਹ 5 ਦਿਨ ਲਗਾਤਾਰ ਉਪਰਾਲਾ ਸਾਡਾ ਚੱਲ ਜਾਂਦਾ। ਇਹ ਹੁਣ ਰੋਹ ਜਿਹੜੀ ਹੈ, ਜਿੰਨਾ ਚਿਰ ਅਸੀਂ ਕੜਾਹ ਦੇ ਵਿੱਚ ਪੈ ਨਹੀਂ ਜਾਂਦੀ ਖੀਰ ਵਾਸਤੇ, ਇਹ ਤਕਰੀਬਨ ਉਹਨਾਂ ਨੂੰ 15-16 ਕੁਇੰਟਲ ਰੋਹ ਦੇਣ ਬਾਅਦ ਫਿਰ ਅਸੀਂ ਰੋਹ ਪੀਣ ਵਾਸਤੇ ਦੇ ਦਿੰਦੇ ਹਾਂ, ਜਿਹੜੀ ਕਿ ਜਿੰਨਾ ਚਿਰ ਰੋਹ ਚੱਲਦੀ ਰਹਿੰਦੀ ਆ, ਜਿੰਨਾ ਚਿਰ ਅਸੀਂ ਹੋਰ ਨਹੀਂ ਕੋਈ ਮੰਗ ਕਰਦਾ ਅਸੀਂ ਰੋਹ ਪੀਣ ਵਾਸਤੇ ਦੇ ਦਿੰਦੇ ਹਾਂ। ਅਤੇ ਬਾਕੀ ਸਾਨੂੰ ਸੰਯੋਗ ਆ ਸ਼੍ਰੋਮਣੀ ਕਮੇਟੀਆਂ ਦਾ, ਕਿਉਂਕਿ ਸਾਨੂੰ ਉਹ ਜਗ੍ਹਾ ਦੇ ਦਿੰਦੇ, ਇੱਥੇ ਜਗ੍ਹਾ ਦੀ ਬੜੀ ਕਮੀ ਆ। ਅਸੀਂ ਚਾਹੁੰਦੇ ਹਾਂ ਕਿ ਗੁਰੂ ਰਾਮਦਾਸ ਜੀ ਜਨਮ ਦਿਹਾੜੇ 'ਤੇ ਵੀ ਇੱਥੇ ਰੋਹ ਕੱਢੀ ਜਾਵੇ, ਪਰ ਉਸ ਸਮੇਂ ਭੀੜ ਬਹੁਤ ਹੁੰਦੀ, ਫਿਰ ਸਾਨੂੰ ਥਾਂ ਨਹੀਂ ਪਰ ਮਿਲਦਾ। ਫਿਰ ਵੀ ਅਸੀਂ ਇਸ ਵਾਰੀ ਉਪਰਾਲਾ ਕੀਤਾ, ਅਸੀਂ 31 ਤਰੀਕ ਨੂੰ ਲੰਗਰ ਲਾਇਆ ਰੋਹ ਦਾ ਇਸੇ ਜਗ੍ਹਾ ਦੇ ਉੱਤੇ। ਇਹ ਤਕਰੀਬਨ ਅਸੀਂ ਹੁਣ ਗਾਂਹ ਲਗਾਤਾਰ ਇਸੇ ਤਰ੍ਹਾਂ ਹਰ ਸਾਲ ਜਾਰੀ ਰੱਖਾਂਗੇ।